ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਔਰ ਪ੍ਰਿਥੀਪਾਲ ਸਿੰਘ ਗਿੱਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ। ਕੈਨੇਡਾ ਤੋਂ ਵਾਪਸ ਮੁੜ ਆਏ ਨੇ, ਲਗਭਗ 1.5-2 ਮਹੀਨੇ ਦੀ ਕੈਨੇਡਾ ਫੇਰੀ ਤੋਂ ਬਾਅਦ ਗਿੱਲ ਸਾਹਿਬ ਦੇ ਨਾਲ ਗੱਲ ਕਰਾਂਗੇ। ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਗੱਲ ਕਰਾਂਗੇ, ਉਹਨਾਂ ਦੀਆਂ ਚੁਣੌਤੀਆਂ ਦੀ ਗੱਲ ਕਰਾਂਗੇ, ਕਿਹੋ ਜਿਹੀਆਂ ਸੰਭਾਵਨਾਵਾਂ ਨੇ, ਨਵੀਆਂ ਆਪਸ਼ਨਸ ਕੀ ਨੇ, ਇਹਨਾਂ ਸਾਰੇ ਵਿਸ਼ਿਆਂ ਦੀ ਗੱਲ ਕਰਾਂਗੇ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਥੈਂਕ ਯੂ। ਗਿੱਲ ਸਾਹਿਬ, ਕੈਨੇਡਾ 'ਚ ਕਿੰਨਾ ਕੁ ਬਦਲਾਅ ਆਇਆ ਵਿਦਿਆਰਥੀਆਂ ਨੂੰ ਸਹੂਲਤਾਂ ਦੇ ਪੱਖੋਂ ਅਤੇ ਵਿਦਿਆਰਥੀਆਂ ਨੂੰ ਚੁਣੌਤੀਆਂ ਦੇ ਪੱਖੋਂ? ਸਾਡੇ ਜਿਹੜੇ ਵਿਦਿਆਰਥੀ ਨੇ, ਤੁਸੀਂ ਬਹੁਤ ਸਾਰੇ ਵਿਦਿਆਰਥੀਆਂ ਨਾਲ ਉੱਥੇ ਗੱਲਬਾਤ ਵੀ ਕੀਤੀ ਹੈ, ਮੈਨੂੰ ਪਤਾ ਲੱਗਿਆ ਜਾ ਕੇ, ਪਰ ਤੁਸੀਂ ਕਿਸ ਨਤੀਜੇ 'ਤੇ ਪਹੁੰਚੇ ਹੋ? ਪਿਛਲੇ ਸਮੇਂ 'ਚ ਜਿਹੜੇ ਸਾਡੇ ਉੱਥੇ ਵਿਦਿਆਰਥੀ ਗਏ, ਕਿ ਅੱਜ ਵੀ ਉਹਨਾਂ ਦੀ ਜ਼ਿੰਦਗੀ ਬਹੁਤ ਚੁਣੌਤੀਪੂਰਨ ਹੈ, ਡਿਪੋਰਟ ਹੋਣ ਦੇ ਖਤਰੇ ਖੜ੍ਹੇ ਨੇ, ਚੰਗੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਨਹੀਂ ਹੈਗੀਆਂ? ਨਹੀਂ, ਇਹੋ ਜਿਹੀ ਗੱਲ ਨਹੀਂ ਹੈਗੀ। ਇੱਕ ਵੱਡੀ ਜਿਹੜੀ ਮੈਂ ਦੇਖਿਆ, ਇੱਕ ਤਾਂ ਸਾਡੇ ਜਿਹੜੀ ਸਾਡੀ ਸਟਰੈਂਥ ਆ ਹੁਣ ਕਾਫੀ ਨਜ਼ਰ ਆਉਣ ਲੱਗ ਪਈ ਆ ਹਰ ਕਾਲਜ ਦੇ ਵਿੱਚ। ਮੈਂ ਬੜੇ ਅਲੱਗ ਅਲੱਗ ਪ੍ਰੋਵਿੰਸਿਸ ਦੇ ਵਿੱਚ ਗਿਆ, ਪੋਪੂਲਰ ਪ੍ਰੋਵਿੰਸ ਜਿਵੇਂ ਬ੍ਰਿਟਿਸ਼ ਕੋਲੰਬੀਆ, BC ਹੈਗਾ ਵੈਂਕੂਵਰ ਵਾਲਾ, ਐਲਬਰਟਾ ਹੈਗਾ, ਓਨਟੈਰੀਓ ਟੋਰਾਂਟੋ ਵਾਲਾ ਹੈਗਾ, ਇਹਨਾਂ ਨੂੰ ਅਗਰ ਛੱਡ ਦਈਏ। ਅਗਰ ਆਪਾਂ ਕਿਊਬਿਕ ਦੀ ਗੱਲ ਕਰੀਏ, ਇੱਥੇ ਬਹੁਤ ਘੱਟ ਆਪਣੇ ਬੱਚੇ ਹੁੰਦੇ ਸੀ ਅੱਜ ਤੋਂ 2 ਸਾਲ ਪਹਿਲਾਂ, 1.5 ਸਾਲ ਪਹਿਲਾਂ ਵੀ। ਬਾਕੀ ਉਸ ਤੋਂ ਇਲਾਵਾ ਮੈਨੂੰ ਨਿਊ ਬ੍ਰੰਜ਼ਵਿਕ, ਤੁਹਾਡਾ ਪ੍ਰਿੰਸ ਐਡਵਰਡ ਆਈਲੈਂਡ, ਨੋਵਾ ਸਕੋਸ਼ੀਆ, ਇਹ ਸਾਰੇ ਪ੍ਰੋਵਿੰਸਿਸ ਜਾਣ ਦਾ ਮੌਕਾ ਮਿਲਿਆ। ਮੈਂ ਕਾਫੀ ਵਾਈਡਲੀ ਟਰੈਵਲ ਕੀਤਾ, ਐਤਕੀ ਬਾਏ ਰੋਡ ਟਰੈਵਲ ਕੀਤਾ ਵਾ, ਕਾਫੀ ਕਾਰ ਚਲਾਈ ਆ। ਵੱਡੀ ਚੇਂਜ ਜਿਹੜੀ ਮੈਂ ਦੇਖਣ ਨੂੰ ਮਿਲੀ ਆ ਕਿ ਹੁਣ ਬਹੁਤ ਸਾਰੇ ਪ੍ਰੋਵਿੰਸਿਸ ਦੇ ਵਿੱਚ ਸਾਡੇ ਬੱਚੇ ਦੇਖਣ ਨੂੰ ਮਿਲਦੇ ਨੇ। ਕਿਊਬਿਕ ਦੇ ਵਿੱਚ ਤਾਂ ਬਹੁਤ ਬੱਚਾ ਅੱਜ ਦੀ ਡੇਟ ਸਾਡਾ, ਮੌਂਟਰੀਅਲ ਸਾਡਾ ਬਹੁਤ ਬੱਚਾ ਵਾ, ਔਰ ਬਹੁਤ ਸਾਰੇ ਜਿਹੜੇ ਬੱਚੇ ਨੇ, ਇੱਕ ਚੀਜ਼ ਬਹੁਤ ਵਧੀਆ ਮੈਨੂੰ ਲੱਗੀ ਕਿ ਬੱਚਿਆਂ 'ਚ ਅਵੇਅਰਨੈਸ ਹੈਗੀ ਅੱਜ ਦੀ ਡੇਟ ਦੇ ਵਿੱਚ ਜੀ, ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਇੰਨੀ ਨਹੀਂ ਸੀਗੀ, ਔਰ ਬਹੁਤ ਬੱਚਿਆਂ ਨੂੰ ਜੋਬਸ ਮਿਲੀਆਂ ਹੋਈਆਂ ਨੇ ਪਾਰਟ ਟਾਈਮ, ਜਿਹੜੀਆਂ ਪਾਰਟ ਟਾਈਮ ਜੋਬਸ ਕਰ ਰਹੇ ਨੇ। ਹਾਂ, ਕੈਨੇਡਾ ਵਿੱਚ ਪਹਿਲਾਂ ਬੜੀਆਂ ਇਸ਼ੂਜ਼ ਆਉਂਦੇ ਹੁੰਦੇ ਸੀਗੇ, ਪਰ ਹੁਣ ਬੱਚਿਆਂ ਨੂੰ ਕਾਫੀ ਜੋਬਸ ਨੇ। ਮੌਂਟਰੀਅਲ 'ਚ ਮੈਂ ਦੇਖਿਆ, ਮੈਨੂੰ ਲੱਗਦਾ ਕੋਈ ਵੀ ਬੱਚਾ ਇਹੋ ਜਿਹਾ ਮਿਲਿਆ ਮੈਨੂੰ ਜਿਹੜਾ ਜੋਬ ਨਾ ਕਰਦਾ ਹੋਵੇ, ਬਹੁਤ ਜੋਬ ਓਪਰਚੁਨਿਟੀਜ਼ ਨੇ ਮੌਂਟਰੀਅਲ ਦੇ ਵਿੱਚ। ਬਹੁਤ ਵੱਡਾ ਸ਼ਹਿਰ ਆ ਔਰ ਬਹੁਤ ਵੱਡਾ ਮੈਟਰੋਪੋਲੀਟਨ ਸ਼ਹਿਰ ਆ। ਉੱਥੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਮੈਂ ਦੱਸਿਆ ਸੀ ਪਹਿਲਾਂ ਵੀ ਗੱਲ ਕਰਦਾ, ਕਿ ਜਿਹੜੀ ਤੁਹਾਡੀ ਸ਼ਹਿਰ ਦੇ ਵਿੱਚ ਇੱਕ ਜਗ੍ਹਾ ਦੂਜੀ ਜਗ੍ਹਾ ਜਾਣ ਦੀ ਫੈਸਿਲਿਟੀ ਆ, ਮੇਰੇ ਖਿਆਲ ਵਨ ਆਫ ਦਾ ਬੈਸਟ ਇਨ ਕੈਨੇਡਾ ਬਹੁਤ, ਔਰ ਮੈਕਸੀਮ ਜਿਹੜੇ ਕਾਲਜ ਨੇ ਉਹ ਡਾਊਨਟਾਊਨ ਦੇ ਵਿੱਚ ਨੇ, ਬਹੁਤ ਵੱਡੀ ਸਹੂਲਤ ਆ ਬੱਚਿਆਂ ਨੂੰ। ਤੁਹਾਡਾ ਜਿਹੜਾ ਐਕਸਪੈਂਸ ਆ ਡੇ ਟੂ ਡੇ ਲਿਵਿੰਗ ਦਾ, ਇਹ ਬਹੁਤ ਰੀਜ਼ਨੇਬਲ ਐਜ਼ ਕੰਪੇਅਰ ਟੂ ਅਦਰ ਬਿਗ ਸਿਟੀਜ਼ ਲਾਈਕ ਟੋਰਾਂਟੋ ਔਰ ਵੈਂਕੂਵਰ ਇਨ ਕੈਨੇਡਾ। ਅਤੇ ਬੱਚੇ ਬੜੇ ਪੋਜ਼ਿਟਿਵ ਨੇ, ਮੈਂ ਐਵੇਂ ਕਹਿ ਦਵਾਂ, ਸਾਡੇ ਪੰਜਾਬੀ ਬੱਚੇ ਅਵੇਅਰਨੈਸ ਵੀ ਹੈਗੀ ਆ ਉਹਨਾਂ ਨੂੰ। ਹਾਂ, ਜਿਹੜੀਆਂ ਇਹ ਜ਼ਰੂਰ ਆ ਕਿ ਉਹਨਾਂ ਲਈ ਬਹੁਤ ਬੜੇ ਚੈਲੇਂਜਸ ਨੇ ਕੈਨੇਡਾ ਦੇ ਵਿੱਚ, ਉਹ ਪਹਿਲਾਂ ਵੀ ਸੀਗੇ, ਅੱਜ ਵੀ ਹੈਗੇ ਨੇ। ਕੰਪੀਟੀਸ਼ਨ ਤੁਹਾਡਾ ਵੱਧ ਗਿਆ ਵਾ, ਤੁਹਾਡਾ ਕੰਪੀਟੀਸ਼ਨ ਆਪਦੇ ਆਪ 'ਚ ਹੀ ਵੱਧ ਗਿਆ ਵਾ। ਪੰਜਾਬੀ ਬੱਚਿਆਂ ਦਾ ਵੀ ਗੱਲ ਕਰਾਂ, ਪੰਜਾਬੀ ਬੱਚਿਆਂ ਦਾ ਕੰਪੀਟੀਸ਼ਨ ਪੰਜਾਬੀ ਬੱਚਿਆਂ ਨਾਲ ਵੱਧ ਗਿਆ ਵਾ, ਕਿਉਂਕਿ ਬੱਚੇ ਬਹੁਤ ਜ਼ਿਆਦਾ ਹੋ ਗਏ ਨੇ। ਮੈਂ ਸੁਣ ਰਿਹਾ ਸੀ ਲਗਾਤਾਰ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਪਾਰਟ ਟਾਈਮ ਨੌਕਰੀਆਂ ਬੱਚਿਆਂ ਨੂੰ ਨਹੀਂ ਮਿਲ ਰਹੀਆਂ, ਬਹੁਤ ਜ਼ਿਆਦਾ ਕਈ ਮਹੀਨੇ ਵਿਦਿਆਰਥੀਆਂ ਨੂੰ ਵਿਹਲੇ ਰਹਿਣਾ ਪੈਂਦਾ। ਨਹੀਂ ਨਹੀਂ ਜੀ, ਮਿਲਦੀਆਂ ਨੇ। ਦੇਖੋ ਸਾਡੇ ਬੱਚੇ ਪਤਾ ਕੀ, ਅਸੀਂ ਸੈਕੰਡਰੀ ਨੌਕਰੀ ਲੱਭਦੇ ਹਾਂ, ਅਸੀਂ ਏਅਰਪੋਰਟ 'ਤੇ ਨੌਕਰੀ ਲੱਭਣ ਲੱਗ ਪੈਂਦੇ ਵੀ ਹੁਣੇ ਹੁਣੇ ਮਿਲ ਜਾਵੇ, ਅਸੀਂ 5 ਰੁਪਏ ਵੀ ਜੇਬ 'ਚੋਂ ਖਰਚਣਾ ਨਹੀਂ ਚਾਹੁੰਦੇ। ਨਹੀਂ, ਫਿਰ ਦੂਸਰੀ ਗੱਲ, ਤੁਹਾਡੀ ਗਾਈਡੈਂਸ ਕਈ ਵਾਰ ਬੜੀ ਪੂਰ ਹੁੰਦੀ ਹੈ। ਸਾਡੇ ਬੱਚੇ ਦੀ ਸਭ ਤੋਂ ਬੜੀ ਗੱਲ ਕੀ ਆ, ਜਦ ਇੱਥੋਂ ਜਾਂਦਾ ਵਾ ਉਹ ਬਿਲਕੁਲ ਵੀ ਪ੍ਰਪੇਅਰ ਨਹੀਂ ਹੁੰਦਾ। ਮੈਂ ਨਹੀਂ ਕਹਿੰਦਾ ਪ੍ਰਪੇਅਰ ਨਹੀਂ, ਉਹ ਅੰਡਰ ਪ੍ਰਪੇਅਰ ਹੁੰਦਾ ਵਾ। ਦੇਖੋ, ਤੁਸੀਂ ਫੌਜ ਦੇ ਵਿੱਚ ਕਿਸੇ ਨੂੰ ਭਰਤੀ ਕਰ ਦਿਓ ਔਰ ਉਹਨੂੰ 1 ਦਿਨ ਦੀ ਵੀ ਟ੍ਰੇਨਿੰਗ ਨਾ ਦਿਓ ਔਰ ਸਿੱਧਾ ਕਹੋ ਬਾਰਡਰ 'ਤੇ ਜਾ ਕੇ ਤੂੰ ਲੜਾਈ ਲੜ ਲਾ, ਕਿੰਨਾ ਪੋਸੀਬਲ ਆ? ਇਹ ਹਾਲ ਅਸੀਂ ਬੱਚਿਆਂ ਦਾ ਕਰਦੇ ਹਾਂ, ਕੰਸਲਟੈਂਟ ਕੁਛ ਨਹੀਂ ਜਾਣਦਾ, ਕੋਈ ਗਾਈਡੈਂਸ ਨਹੀਂ ਦਿੰਦਾ, ਕਹਾਣੀ ਸਿਰਫ ਵੀਜ਼ੇ 'ਤੇ ਆ, ਬਸ ਵੀਜ਼ਾ ਹੱਥ 'ਚ ਫੜਾਓ ਅਤੇ ਤੁਸੀਂ ਜਾਓ। ਸਾਡੇ ਮਨ 'ਚ ਚਾਅ ਹੀ ਇੰਨਾ ਜ਼ਿਆਦਾ ਬਾਹਰ ਜਾਣ ਦਾ, ਕੈਨੇਡਾ ਜਾਣ ਦਾ, ਖੁਸ਼ੀ ਇੰਨੀ ਜ਼ਿਆਦਾ ਆ। ਸਾਡੇ ਇੱਕ ਕੰਪਟੀਸ਼ਨ ਆ ਸ਼ਹਿਰਾਂ 'ਚ, ਪਿੰਡਾਂ 'ਚ, ਵੀ ਫਲਾਣੇ ਦਾ ਚਲਿਆ ਗਿਆ, ਮੈਂ ਕਿਉਂ ਰਹਿ ਗਿਆ, ਉਹ ਚਲਿਆ ਗਿਆ, ਉਹ ਕਿਉਂ ਰਹਿ ਗਿਆ। ਅਗਰ ਤੁਸੀਂ ਅਵੇਅਰ ਹੋ ਕੇ ਜਾਂਦੇ ਹੋ, ਫਿਰ ਤੁਹਾਡੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਜਾਣਦੇ ਹੁੰਦੇ ਹੋ। ਲਾਈਫ ਤਾਂ ਡਿਫੀਕਲਟ ਹੈਗੀ ਆ, ਪਰ ਤੁਹਾਨੂੰ ਉਹ ਲਾਈਫ ਕੱਟਣੀ, ਨਿਭਾਉਣੀ ਆਸਾਨ ਹੋ ਜਾਂਦੀ ਆ। ਮੈਂ ਤਾਂ ਹੀ ਕਹਿਣਾ ਵਾਰ ਵਾਰ, ਤੁਹਾਡਾ ਕੰਸਲਟੈਂਟ ਜਿਹੜਾ ਹੁੰਦਾ ਵਾ ਉਹ ਰੱਬ ਵਰਗਾ ਰੂਪ ਹੁੰਦਾ ਵਾ, ਜਿਹੜਾ ਤੁਹਾਨੂੰ ਗਾਈਡ ਕਰਦਾ ਵਾ। ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਹੋ ਤੁਸੀਂ, ਜਿੱਦਾਂ ਕਿ ਬੱਚਾ ਛੋਟਾ ਪੈਦਾ ਹੁੰਦਾ ਵਾ ਮਾਂ ਦੇ ਪੇਟ ਤੋਂ, ਇਹੀ ਹਾਲ ਕਿ ਜਿਹੜਾ 18-19-20 ਸਾਲ ਦਾ ਬੱਚਾ ਕੈਨੇਡਾ ਜਾਂਦਾ ਵਾ, ਸੇਮ ਸਿਚੁਏਸ਼ਨ ਆ। ਗਾਈਡੈਂਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਅਗਰ ਗਾਈਡੈਂਸ ਤੁਹਾਡੀ ਚੰਗੀ ਆ ਤਾਂ ਤੁਹਾਨੂੰ ਇਹ ਪਾਰਟ ਟਾਈਮ ਜੋਬਸ ਜਾਂ ਉੱਥੇ ਜਾ ਕੇ ਪੜ੍ਹਾਈ ਦੇ ਵਿੱਚ ਤੁਸੀਂ ਸਸਟੇਨ ਕਰ ਜਾਂਦੇ ਹੋ। ਜਿਹੜੀਆਂ ਬਾਕੀਆਂ ਵੀ ਪ੍ਰੋਬਲਮਸ ਨੇ ਉਹ ਤਾਂ ਆਉਣੀਆਂ ਨੇ, ਪਰ ਤੁਹਾਨੂੰ ਐਟਲੀਸਟ ਤੁਸੀਂ ਅਵੇਅਰ ਹੁੰਦੇ ਹੋ, ਤੁਹਾਨੂੰ ਪਤਾ ਹੁੰਦਾ ਕਿ ਮੈਂ ਉਹਨਾਂ ਨੂੰ ਟੈਕਲ ਕਿੱਦਾਂ ਕਰਨਾ ਔਰ ਉਹਨੂੰ ਮੈਂ ਹੈਂਡਲ ਕਿੱਦਾਂ ਕਰੂੰਗਾ। ਬਿਲਕੁਲ ਠੀਕ ਹੈ ਜੀ। ਸੋ ਜਦੋਂ ਵਿਦਿਆਰਥੀ ਇੱਥੋਂ ਜਾਂਦਾ, ਉਹਨੂੰ ਕਿੰਨੀ ਕੁ ਇੱਥੋਂ ਸਮਝ ਦਿੱਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਦਾ, ਉਹਨਾਂ ਨੂੰ ਦੱਸਿਆ ਜਾਂਦਾ ਕਿ ਉੱਥੇ ਜਾ ਕੇ ਕਿਹੜੇ ਕਿਹੜੇ ਹਾਲਾਤਾਂ ਦੇ ਨਾਲ ਤੁਸੀਂ 2-4 ਹੋਣਾ, ਉਹਨਾਂ ਦੀ ਜਿਹੜੀ ਜਾਣ ਤੋਂ ਪਹਿਲਾਂ ਦੀ ਜਿਹੜੀ ਤਿਆਰੀ ਹੈ ਉਹ ਵੀ ਬੜੀ ਅਹਿਮੀਅਤ ਰੱਖਦੀ ਹੈ। ਗਿੱਲ ਸਾਹਿਬ, ਵੱਡੀ ਗਿਣਤੀ 'ਚ ਸਾਡੇ
ਕੁੱਲ ਮਿਲਾ ਕੇ ਜਦੋਂ ਆਪਾਂ ਗੱਲ ਕਰੀਏ, ਪਹਿਲਾਂ ਗੱਲਾਂ ਹੋਈਆਂ ਸੀ ਕਿ ਆਇਲਟਸ ਦੇ ਟੈਸਟ ਨੂੰ ਲੈ ਕੇ ਵਿਦਿਆਰਥੀਆਂ ਦੇ ਉੱਥੇ ਉਹਨਾਂ ਦੀ ਆਇਲਟਸ 'ਤੇ ਕੁਸ਼ਚਨ ਉੱਠਣ ਲੱਗ ਗਏ ਸੀ ਕਿ ਟੈਸਟ ਉੱਥੇ ਜਾ ਕੇ ਹੋਇਆ ਕਰੂਗਾ। ਤੁਸੀਂ ਹੁਣ ਜਦੋਂ ਜਾ ਕੇ ਆਏ ਹੋ, ਕੀ ਇਹ ਸਾਰੀਆਂ ਗੱਲਾਂ ਉਹਨਾਂ ਦਿਨਾਂ 'ਚ ਸਿਰਫ ਹਵਾਈ ਗੱਲਾਂ ਸੀ ਜਾਂ ਇਹਨਾਂ ਦੇ ਵਿੱਚ ਕੋਈ ਸੱਚਾਈ ਹੈ? ਸਾਡੇ ਵਿਦਿਆਰਥੀਆਂ ਨੂੰ ਉੱਥੇ ਜਾ ਕੇ ਨਵੇਂ ਸਿਰੇ ਤੋਂ ਕੀ ਟੈਸਟ ਦੇਣੇ ਪਿਆ ਕਰਨਗੇ? ਜੀ ਆਈ ਸੀ ਬਦਲਾਅ ਦੀਆਂ ਗੱਲਾਂ ਬਹੁਤ ਚੱਲੀਆਂ ਕਿ ਜੀ ਆਈ ਸੀ 20,000 ਹੋਜੂ। ਹੁਣ ਕੈਨੇਡਾ 'ਚ ਤੁਸੀਂ ਇਹਨਾਂ ਸਾਰੇ ਮਸਲਿਆਂ 'ਤੇ ਕੀ ਔਥੈਂਟਿਕ ਇਨਫੋਰਮੇਸ਼ਨ ਲੈ ਕੇ ਆਏ? ਬਹੁਤ ਇੰਪੋਰਟੈਂਟ ਕੁਸ਼ਚਨ ਆ ਸਰ ਤੁਹਾਡਾ, ਵੈਰੀ ਵੈਰੀ ਇੰਪੋਰਟੈਂਟ। ਦੇਖੋ, ਪਹਿਲੀ ਗੱਲ ਤਾਂ ਅੱਜ ਦੀ ਡੇਟ ਦੇ ਵਿੱਚ ਬੜੇ ਬੱਚੇ ਨੇ ਜਿਹੜੇ ਝੂਠੇ ਡਾਕੂਮੈਂਟੇਸ਼ਨ ਨਾਲ ਕੈਨੇਡਾ ਜਾ ਰਹੇ ਨੇ। ਬਹੁਤ ਠੱਗੀ ਠੋਰੀ ਬੇਈਮਾਨ ਦਾ ਕੰਮ ਚੱਲ ਪਿਆ ਵਾ। ਆਈਲੈਟਸ ਦੇ ਵਿੱਚ ਤੁਸੀਂ, ਮੇਰੇ ਕੋਲ ਲੋਕ ਆਉਂਦੇ ਨੇ 8-8 ਲੱਖ 10-10 ਲੱਖ ਰੁਪਏ ਖਰਚ ਕਰਕੇ ਆਈਲੈਟਸ 'ਤੇ ਤੁਸੀਂ ਬੈਂਡ ਖਰੀਦਦੇ ਹੋ, ਉੱਥੇ ਝੂਠੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ, ਬੜੇ ਬੱਚੇ ਇੱਥੇ ਬੈਨ ਵੀ ਹੁੰਦੇ ਨੇ, ਤੁਸੀਂ ਕੈਨੇਡਾ 'ਚ ਜਾ ਕੇ ਫੜੇ ਜਾਂਦੇ ਹੋ। ਇਹ ਪ੍ਰੋਬਲਮਾਂ ਤੋਂ ਜ਼ਰੂਰ ਬਚੋ। ਮੈਂ ਫਿਰ ਕਹਿੰਦਾ, ਇੱਕ ਜਿਹੜਾ ਤੁਹਾਨੂੰ ਅਲਿਓਰਮੈਂਟ ਆ ਕੈਨੇਡਾ ਜਾਣ ਦੀ, ਕੈਨੇਡਾ ਦੇ ਵਿੱਚ ਇਹ ਨਹੀਂ ਹੈਗਾ ਕਿ ਤੁਹਾਡੀ ਲਾਈਫ ਬਹੁਤ ਈਜ਼ੀ ਆ, ਪੈਸੇ ਬਹੁਤ ਈਜ਼ੀ ਬਣ ਜਾਂਦੇ। ਨਹੀਂ, ਲਾਈਫ ਤੁਹਾਡੀ ਬਹੁਤ ਡਿਫੀਕਲਟ ਆ। ਹੁਣ ਪ੍ਰੋਬਲਮ ਇਹ ਆ ਕਿ ਜਦ ਸਾਡੇ ਥੋੜ੍ਹੇ ਜਿਹੇ ਲੋਕ ਵੀ ਗਲਤ ਕੰਮ ਕਰਦੇ ਨੇ, ਉਹਦਾ ਜਿਹੜਾ ਖਮਿਆਜ਼ਾ ਵਾ ਉਹ ਸਾਡੇ ਬਹੁਤ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਵਾ। ਆਈਲੈਟਸ ਦੀ ਹੁਣ ਤੁਸੀਂ ਗੱਲ ਕੀਤੀ ਆ, ਸਾਡੇ ਬਹੁਤ ਬੱਚੇ ਨੇ ਜਿਹੜੇ ਉੱਥੇ ਮੈਂ ਮਿਲਿਆ ਉਹਨਾਂ ਨੂੰ, ਜਿਹੜੇ ਇੰਗਲਿਸ਼ ਹੀ ਪ੍ਰੋਪਰ ਨਹੀਂ ਬੋਲ ਪਾਉਂਦੇ ਹੈਗੇ। ਕਾਲਜ ਦੇ ਵਿੱਚ ਮੈਂ ਕਾਲਜ ਵਿੱਚ ਇੱਕ ਐਡਮਿਨਿਸਟ੍ਰੇਟਰ ਨੂੰ ਮਿਲਣ ਗਿਆ, ਜਾਂ ਮਿਲ ਕੇ ਮੈਂ ਬਾਹਰ ਨਿਕਲਿਆ ਅਤੇ ਅਸੀਂ ਕੋਰੀਡੋਰ ਸੀਗੇ, ਉਹ ਮੈਨੂੰ ਲੈ ਕੇ ਜਾ ਰਿਹਾ ਸੀ ਕਿਸੇ ਦੂਸਰੇ ਪਾਰਟ ਦੇ ਵਿੱਚ ਕਾਲਜ ਦਿਖਾਉਣਾ ਸੀ ਉਹਨਾਂ ਨੇ ਮੈਨੂੰ, ਅਤੇ ਉੱਥੇ ਮੈਨੂੰ 8-9 ਬੱਚਿਆਂ ਦਾ ਗਰੁੱਪ ਮਿਲਿਆ। ਇੱਕ ਬੱਚਾ ਮੈਨੂੰ ਪਹਿਚਾਣਦਾ ਸੀਗਾ ਯੂਟਿਊਬ ਦੇ ਥਰੂ ਹੀ, ਅਤੇ ਉਹਨੇ ਮੈਨੂੰ ਰਿਕੁਐਸਟ ਕੀਤੀ ਕਿ ਸਾਨੂੰ ਇਹ ਮਿਲਦੇ ਨਹੀਂ ਹੈਗੇ, ਟਾਈਮ ਨਹੀਂ ਦੇ ਰਹੇ ਹੈਗੇ, ਅਗਰ ਤੁਸੀਂ ਰਿਕੁਐਸਟ ਕਰ ਸਕੋ। ਮੈਂ ਉਹਨੂੰ ਰਿਕੁਐਸਟ ਕੀਤੀ ਕਿ ਅਗਰ ਤੁਸੀਂ 2-3 ਮਿੰਟ ਲਈ ਉਹਨਾਂ ਨੂੰ ਮਿਲਣਾ, ਪਲੀਜ਼ ਇਹਨਾਂ ਦੀ ਗੱਲ ਸੁਣ ਲਓ, ਮੈਂ ਤੁਹਾਡੀ ਬਾਹਰ ਵੇਟ ਕਰ ਲੈਣਾ। ਉਹ ਪਲੈਗਰਿਜ਼ਮ ਦਾ ਕੇਸ ਸੀਗਾ ਜਿੱਥੇ 8-10 ਬੱਚਿਆਂ ਨੇ ਇਕੱਠੇ ਹੋ ਕੇ ਨਕਲ ਮਾਰੀ ਔਰ ਟੀਚਰ ਨੇ ਉਹਨਾਂ 'ਤੇ ਕੇਸ ਪਾ ਦਿੱਤਾ। ਹੁਣ ਉਹਨਾਂ ਨੂੰ ਸਾਰਿਆਂ ਨੂੰ ਕਾਲਜ ਵਿੱਚੋਂ ਰਸਟੀਕੇਟ ਕੀਤਾ ਜਾ ਰਿਹਾ ਸੀਗਾ। ਦੇਖੋ, ਇਹ ਪ੍ਰੋਬਲਮ ਆਉਂਦੀਆਂ ਨੇ ਜਦ ਤੁਸੀਂ ਆਈਲੈਟ ਝੂਠੀ ਲੈ ਲਈ, ਇਹਦਾ ਮਤਲਬ ਉੱਥੇ ਨਕਲ ਬਿਲਕੁਲ ਨਹੀਂ ਚੱਲਣੀ। ਨਾ ਨਾ, ਇਹ ਉਹ ਕਾਲਜ ਨੇ ਜਿਹੜੇ ਬਹੁਤ ਸੌਖੇ ਕਾਲਜ ਹੁੰਦੇ ਸੀ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਔਖੇ ਕਾਲਜ ਦੀ ਗੱਲ ਹੀ ਛੱਡੋ, ਔਖੇ ਕਾਲਜ ਤਾਂ ਹੋਰ ਜ਼ਿਆਦਾ ਟੱਫ ਹੋ ਗਏ ਨੇ। ਤੁਸੀਂ ਆਈਲੈਟ 'ਤੇ ਬੈਂਡ ਝੂਠੇ ਲੈ ਲਏ, ਤੁਸੀਂ ਝੂਠੀਆਂ ਆਪਣੀਆਂ ਡਿਗਰੀਆਂ ਲੈ ਲਈਆਂ, ਉਹ ਸਰਟੀਫਿਕੇਟ ਲੈ ਲਏ, ਬਈ ਕਿੱਥੇ ਤੱਕ ਚੱਲੂਗਾ ਉਹ ਕੰਮ? ਇਹ ਸਿਚੁਏਸ਼ਨ ਮੈਂ ਤੁਹਾਨੂੰ 9-10 ਕਾਲਜਿਸ ਦੇ ਵਿੱਚ ਦੇਖੀ ਆ, ਜਿੱਥੇ ਬੱਚੇ ਲਾਈਨ ਲਾ ਕੇ ਬੈਠੇ ਨੇ, ਆ ਪਲੈਗਰਿਜ਼ਮ ਦੇ ਕੇਸਿਸ ਨੇ ਉਹਨਾਂ ਦੇ ਉੱਪਰ। ਕਲਾਸ ਦੇ ਵਿੱਚ ਤੁਸੀਂ ਫਾਲਤੂ ਗੱਲਾਂ ਕਰ ਰਹੇ ਹੋ। ਇੱਕ ਜਗ੍ਹਾ 'ਤੇ ਮੈਂ ਗਿਆ, ਬੱਚਾ ਕਹਿੰਦਾ ਮੈਨੂੰ ਟੀਚਰ ਬਹੁਤ ਅਬਿਊਜ਼ ਕਰ ਰਿਹਾ ਵਾ, ਅਤੇ ਉਹ ਕਹਿੰਦੇ ਤੁਸੀਂ, ਮੈਂ ਕਲਾ, ਦੇਖੋ ਇਹ ਸਾਡੀਆਂ ਪ੍ਰੋਬਲਮਸ ਹੈਗੀਆਂ ਨੇ। ਮਤਲਬ ਬੱਚਿਆਂ ਨੇ ਤੁਹਾਨੂੰ ਸ਼ਿਕਾਇਤਾਂ ਲਾਈਆਂ? ਯੈਸ, ਸ਼ਿਕਾਇਤਾਂ ਲਾਈਆਂ। ਬੱਚੇ ਅਨਨੋਨ ਸੀ ਮੈਨੂੰ, ਮੇਰੇ ਕੋਈ ਨੋਨ ਬੱਚੇ ਨਹੀਂ ਸੀ, ਅਨਨੋਨ ਬੱਚੇ ਸੀਗੇ। ਮੇਰੀ ਹੈਬਿਟ ਆ ਮੈਂ ਬੱਚਿਆਂ ਨੂੰ ਜਾ ਕੇ ਮਿਲਣਾ ਵਾ। ਕੋਈ ਗਰੁੱਪ 'ਚ ਬੱਚੇ ਖੜ੍ਹੇ ਨੇ, ਮੈਂ ਪ੍ਰਿੰਸ ਐਡਵਰਡ ਆਈਲੈਂਡ ਗਿਆ, ਉੱਥੇ ਮੈਨੂੰ ਗਰੁੱਪ 'ਚ ਹੁੰਦੇ 4-5 ਬੱਚੇ ਮਿਲੇ, ਮੈਂ ਜਾ ਕੇ ਫਟ ਮਿਲਿਆ ਉਹਨਾਂ ਨੂੰ। ਮੇਰੀ ਹੈਬਿਟ ਹੈ ਮੈਂ ਜਾ ਕੇ ਬੱਚਿਆਂ ਨਾਲ ਗੱਲ ਕਰਦਾ ਵਾਂ, ਪੁੱਛਦਾ ਵਾਂ, ਕਿਉਂਕਿ ਇਹਦੇ ਨਾਲ ਤੁਹਾਨੂੰ, ਦੇਖੋ ਅਸੀਂ ਹਰ ਗੱਲਾਂ ਨੂੰ ਅਸੀਂ ਨਹੀਂ ਜਾਣਦੇ ਹੁੰਦੇ ਹੈਗੇ, ਅਤੇ ਬਹੁਤ ਸਾਰੇ ਇੱਦਾਂ ਦੇ ਇਸ਼ੂਜ਼ ਨੇ, ਇਹਨਾਂ ਤੋਂ ਜ਼ਰੂਰ ਬਚੋ ਪਲੀਜ਼। ਮੈਂ ਵਾਰ ਵਾਰ ਕਹਿੰਦਾ ਤੁਹਾਨੂੰ, ਤੁਸੀਂ 4 ਸਾਲ ਬਾਅਦ ਵੀ ਫੜੇ ਗਏ, 6 ਸਾਲ ਬਾਅਦ ਵੀ ਫੜੇ ਗਏ, ਤੁਹਾਡਾ ਛੁਟਕਾਰਾ ਕੋਈ ਨਹੀਂ ਹੈਗਾ। ਤੁਹਾਡੇ ਮਾਂ ਬਾਪ ਨੇ ਤੁਹਾਡੇ ਪਿੱਛੇ ਜਾਣਾ ਵਾ, ਬੜੀਆਂ ਉਮੀਦਾਂ ਨੇ, ਇੰਨੇ ਪੈਸੇ ਆਪਾਂ ਖਰਚ ਕਰਦੇ ਹਾਂ। ਪੰਜਾਬ 'ਚ ਕਿੱਥੇ ਲੋਕਾਂ ਕੋਲ ਪੈਸੇ ਨੇ ਜਿਹੜੇ ਭੇਜ ਰਹੇ ਨੇ? ਲੋਕਾਂ ਕੋਲ ਤਾਂ ਫੀਸ ਬੜੀ ਮੁਸ਼ਕਲ ਨਾਲ ਪੂਰੀ ਹੁੰਦੀ ਆ ਇੱਕ ਸਮੈਸਟਰ ਦੀ, ਅਤੇ ਜਦ ਤੁਸੀਂ ਇਹੋ ਜਿਹੀਆਂ ਗਲਤੀਆਂ ਕਰਦੇ ਹੋ, ਫਿਰ ਆਪਾਂ ਕਹਿੰਦੇ ਜੀ ਆਹ ਹੋ ਗਿਆ ਮੇਰੇ ਨਾਲ, ਉਹ ਹੋ ਗਿਆ, ਉੱਥੇ ਤੁਸੀਂ ਮਿੰਨਤਾਂ ਪਾਓ, ਕਿਸੇ ਦੀਆਂ ਮਿੰਨਤਾਂ ਨਹੀਂ ਸੁਣੀਆਂ ਜਾਂਦੀਆਂ ਤੁਹਾਡੀਆਂ। ਤੁਸੀਂ ਆਪਣੀ ਪ੍ਰੈਪਰੇਸ਼ਨ ਕਰਕੇ ਜਾਓ। ਇਹ ਕਿੱਡਾ ਬੜਾ ਭੁਲੇਖਾ ਵਾ, 8-10 ਲੱਖ ਰੁਪਏ 'ਚ ਅਸੀਂ ਆਈਲੈਟਸ ਦੇ ਬੈਂਡ ਖਰੀਦ ਲਏ, 10 ਲੱਖ ਰੁਪਏ ਉੱਥੇ ਦੇਤੇ, 20 ਲੱਖ ਕੈਨੇਡਾ 'ਚ ਇੰਨੇ ਪੈਸੇ ਥੋੜ੍ਹਾ ਨਹੀਂ ਕਿ 20 ਲੱਖ ਤੁਸੀਂ ਬਰਬਾਦ ਕਰ ਲਏ ਔਰ ਉੱਥੇ ਦਰਖਤਾਂ ਨੂੰ ਥੋੜ੍ਹਾ ਪੈਸੇ ਲੱਗੇ ਹੋਏ ਨੇ, ਤੋੜ ਕੇ ਲੈ ਕੇ ਆ ਜਾਓਗੇ। ਅਤੇ ਪਲੀਜ਼ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਬਾਕੀ ਜੀ ਆਈ ਸੀ ਜਿਹੜੀ ਗੱਲ ਕਰ ਰਿਹਾ, ਫਿਲਹਾਲ ਇਸ ਟਾਈਮ 'ਤੇ ਇਹੋ ਜਿਹਾ ਕੋਈ ਸੱਚ ਇਹ ਨਹੀਂ ਹੈਗਾ ਕਿ ਜੀ ਐਸ ਯੂ ਵਧਾ ਰਹੇ ਨੇ। ਹਾਂ, ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਜ਼ਰੂਰ ਚੱਲ ਰਹੀਆਂ ਨੇ। ਬਿਲਕੁਲ ਠੀਕ ਹੈ, ਗੱਲਾਂ ਤਾਂ ਉੱਥੇ ਜ਼ਰੂਰ ਕਰੀਆਂ ਨੇ। ਹੋਰ ਕੀ ਚੁਣੌਤੀਆਂ ਨੇ ਜੀ ਸਾਡੇ ਵਿਦਿਆਰਥੀ? ਬਹੁਤ ਵੱਡੀਆਂ, ਸਭ ਤੋਂ ਬੜੀ ਚੁਣੌਤੀ ਹੈ ਬੱਚੇ ਨੂੰ ਦਿਲ ਲਾਉਣਾ, ਹੋਮ ਸਿਕਨੈਸ। ਲੋਕ ਇਹੋ ਜਿਹੇ ਕਾਲਜਾਂ 'ਚ ਭੇਜ ਦਿੰਦੇ ਨੇ ਜਿਹੜਾ ਦੱਸਿਆ ਕਿਤੇ ਹੋਰ ਜਾਂਦਾ ਹੁੰਦਾ, ਕਿਤੇ ਹੋਰ ਆ, ਬਹੁਤ ਇਹੀ ਜਗ੍ਹਾ ਵਾ ਜਿੱਥੇ ਬੱਚਾ ਸਸਟੇਨ ਹੀ ਨਹੀਂ ਕਰ ਸਕਦਾ। ਪਹਿਲੇ 1-2 ਮਹੀਨੇ 'ਚ ਬਹੁਤ ਬੱਚੇ ਨੇ, ਮੈਂ ਕਹਿੰਦਾ 50-60% ਬੱਚੇ ਜਿਹੜੇ ਉਹਦੇ 4-5-6-7 ਲੱਖ ਰੁਪਇਆ ਖਰਾਬ ਕਰ ਲੈਂਦੇ ਨੇ। ਗੱਲ ਕੀ ਆ, ਪਹਿਲੇ ਦੋ ਮਹੀਨਿਆਂ 'ਚ ਗੱਲ ਕੀ ਆ, ਇੱਕ ਫਰੀ ਦਾ ਆਫਰ ਲੈਟਰ, ਉਹ ਕਹਿੰਦਾ ਜੀ ਮੈਂ 10,000 ਰੁਪਏ ਘੱਟ ਲਊਂਗਾ, ਕੰਸਲਟੈਂਟ ਕਹਿੰਦਾ ਮੈਂ ਫੀਸ ਬਾਅਦ 'ਚ ਲਊਂਗਾ। ਦੇਖੋ, ਮੈਂ ਵਾਰ ਵਾਰ ਹੀ ਕਹਿੰਦਾ ਵਾਂ, ਇੱਥੇ ਕੋਈ ਧਰਮ ਕਰਮ ਵਾਲਾ ਕੰਮ ਨਹੀਂ ਹੁੰਦਾ, ਠੀਕ ਹੈ ਨਾ, ਸਾਡੇ ਇਸ ਕਿੱਤੇ ਵਿੱਚ ਤਾਂ ਬਿਲਕੁਲ ਨਹੀਂ, ਠੀਕ ਹੈ ਨਾ। ਕੈਨੇਡਾ ਨੂੰ ਇੰਨਾ ਸੌਖਾ ਸੋਚ ਕੇ ਨਾ ਜਾਓ, ਬੜਾ ਅਫਸੋਸ ਹੁੰਦਾ ਉੱਥੇ ਜਾ ਕੇ ਦੇਖਦਾ ਮੈਂ, ਛੋਟੇ ਛੋਟੇ ਬੱਚੇ ਨੇ। ਗੱਲ ਸਿਰਫ ਵਾਰ ਵਾਰ, ਬੱਚੇ ਕਈ ਵਾਰ ਬੜਾ ਪ੍ਰੈਸ਼ਰਾਈਜ਼ ਕਰਦੇ ਨੇ ਮਾਂ ਬਾਪ ਨੂੰ ਇੱਦਾਂ ਕੰਮ ਕਰਨ 'ਚ, 4 ਆਫਰ ਲੈਟਰ ਲੈ ਲਈਆਂ, 5 ਆਫਰ ਲੈਟਰ ਲੈ ਲਈਆਂ। ਤੁਸੀਂ ਇਹੋ ਜਿਹੇ ਕਾਲਜ 'ਚ
ਤੁਹਾਨੂੰ ਕੋਈ ਓਪਰਚੁਨਿਟੀ ਹੈ ਨਹੀਂ, ਜੇ ਤੁਸੀਂ ਦਿਲ ਹੀ ਨਹੀਂ ਲੱਗਿਆ ਤੁਹਾਡਾ, ਬਾਕੀ ਕੰਮ ਤੁਸੀਂ ਕੀ ਕਰੋਗੇ? ਇੱਕ ਬਹੁਤ ਬੜਾ ਚੈਲੇਂਜ ਹੈ ਕੈਨੇਡਾ ਦੇ ਵਿੱਚ। ਯਾਦ ਰੱਖੋ 18-19 ਸਾਲ 20 ਸਾਲ ਦੀ ਉਮਰ ਆ, ਤੁਹਾਡਾ ਬੱਚਾ ਘਰੋਂ ਕਦੇ ਬਾਹਰ ਨਹੀਂ ਗਿਆ ਹੈਗਾ। ਇਟ ਇਜ਼ ਨੋਟ ਦੈਟ ਈਜ਼ੀ, ਇਟ ਇਜ਼ ਵੈਰੀ ਵੈਰੀ ਡਿਫੀਕਲਟ ਆਈ ਵੁੱਡ ਸੇ। ਤਰਸ ਆਉਂਦਾ ਮੈਨੂੰ ਕਈ ਵਾਰ, ਮੈਂ ਬੱਚਿਆਂ ਨੂੰ ਜਾ ਕੇ ਮਿਲਿਆ ਉੱਥੇ। ਬਹੁਤ ਵੱਡੀ ਇੱਕ ਜੰਗ ਹੈ, ਬਹੁਤ ਵੱਡੀ ਲੜਾਈ ਹੈ ਜਿਹੜੀ ਤੁਹਾਡੇ ਬੱਚੇ ਨੇ ਜਿੱਤਣੀ ਹੈ। ਅਤੇ ਜਦ ਤੁਸੀਂ ਜਾਣਦੇ ਹੋ ਇਹਨਾਂ ਗੱਲਾਂ ਨੂੰ, ਇੱਥੋਂ ਪਹਿਲੀ ਗੱਲ ਤਾਂ ਆਈ, ਨਾ ਚਾਹ ਲੈ ਕੇ ਨਾ ਜਾਓ। ਆਹ ਛੋਟੀ ਗੱਲਾਂ, ਮਿਲਿਆਂ ਵਿੱਚ ਚਲੇ ਗਏ, ਮਿਲਿਆਂ ਜਾ ਕੇ ਆਫਰ ਲੈਟਰ ਦੇਖੋ। ਕਾਲਜ ਹੋ ਗਿਆ, ਕੰਸਲਟੈਂਟ ਹੋ ਗਿਆ, ਬਿਜ਼ਨਸ ਕਰ ਰਹੇ ਹਾਂ, ਕਾਲਜ ਵੀ ਬਿਜ਼ਨਸ ਕਰ ਰਿਹਾ, ਮੈਂ ਵੀ ਬਿਜ਼ਨਸ ਕਰ ਰਿਹਾ ਹਾਂ, ਠੀਕ ਹੈ ਨਾ। ਬਸ ਇੰਨਾ ਕੁ ਫਰਕ ਆ, ਅਸੀਂ ਬਿਜ਼ਨਸ ਥੋੜ੍ਹਾ ਇਮਾਨਦਾਰ ਕਰਦੇ ਹਾਂ। ਮੈਂ ਲੋਕਾਂ ਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਭਾਈ, ਅਗਰ ਇਸ ਸ਼ਹਿਰ ਦੇ ਵਿੱਚ ਆਹ ਕਾਲਜ ਆ ਜਿੱਥੇ ਤੁਸੀਂ ਕਹਿ ਰਹੇ ਹੋ, ਉਸ ਜਗ੍ਹਾ ਤੋਂ 2 ਘੰਟੇ, ਮਤਲਬ ਕਿਹੋ ਜਿਹੇ ਕਾਲਜਾਂ 'ਚ ਭੇਜਿਆ ਜਾਂਦਾ ਜਿਹਦੇ ਨਾਲ ਦਿੱਕਤ? ਪੁੱਛੋ ਨਾ ਤੁਸੀਂ, ਚਾਹੇ ਉਹ ਸਰਕਾਰੀ ਕਾਲਜ ਨੇ, ਪਰ ਉਹ ਐਡੇ ਦੂਰ ਨੇ, ਕਈ ਵਾਰ ਜਿੱਥੇ ਬੱਚਾ ਸੋਚ ਕੇ ਕੁਛ ਹੋਰ ਜਾਂਦਾ ਨਿਕਲਦਾ ਕੁਛ ਹੋਰ ਆ। ਬਹੁਤ ਬਹੁਤ ਅਵੇਅਰਨੈਸ ਦੀ ਲੋੜ ਹੁੰਦੀ ਹੈ। ਇਹ ਇੰਨਾ ਆਸਾਨ ਬਿਜ਼ਨਸ ਨਹੀਂ ਹੈਗਾ ਜਿੱਦਾਂ ਲੱਗਦਾ ਵਾ ਸਾਨੂੰ। ਭੇਜਣਾ ਕਹਿਣਾ ਇੱਕ ਹੋਰ ਗੱਲ ਆ, ਪਰ ਉੱਥੇ ਜਾ ਕੇ ਤੁਹਾਡੇ ਬੱਚੇ ਨੇ ਟਿਕਣਾ, ਉਹ ਬਹੁਤ ਬੜਾ ਚੈਲੇਂਜ ਹੈ ਇੱਕ ਬੱਚੇ ਲਈ। ਅਤੇ ਜ਼ਰੂਰ ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖੋ ਜਦ ਤੁਸੀਂ ਇੱਥੋਂ ਜਾਂਦੇ ਹੋ, ਤੁਹਾਡੇ ਜਿਹੜੇ ਚੈਲੇਂਜਸ ਨੇ। ਇੱਕ ਆਸਾਨ ਹੀ ਮੈਸੇਜ, ਜਦ ਮਾਂ ਦੇ ਪੇਟ 'ਚੋਂ ਇੱਕ ਬੱਚਾ ਪੈਦਾ ਹੁੰਦਾ, ਉਦੋਂ ਤਾਂ ਮਾਂ ਹੁੰਦੀ ਹੈ ਜਿਹੜੀ ਤੁਹਾਨੂੰ ਸੰਭਾਲ ਲੈਂਦੀ ਹੈ, ਉੱਥੇ ਤਾਂ ਕੋਈ ਵੀ ਨਹੀਂ ਤੁਹਾਡੇ ਲਈ, ਠੀਕ ਹੈ ਨਾ। ਦੋਸਤ ਮਿੱਤਰ, ਰਿਸ਼ਤੇਦਾਰ, ਰਿਸ਼ਤੇਦਾਰ ਖਾਸ ਤੌਰ 'ਤੇ ਬਹੁਤ ਵੱਡਾ ਇਸ਼ੂ ਆ। ਮੈਂ ਜਾ ਕੇ ਮਿਲਿਆ ਬੱਚਿਆਂ ਨੂੰ, ਇੰਨਾ ਆਸਾਨ ਨਹੀਂ ਹੈਗਾ ਰਿਸ਼ਤੇਦਾਰਾਂ ਨਾਲ ਤੁਹਾਨੂੰ ਰਹਿਣਾ। ਔਰ ਰਿਸ਼ਤੇਦਾਰਾਂ ਲਈ ਵੀ ਇਹ ਨਹੀਂ, ਉਹਨਾਂ ਦੀ ਕੋਈ ਉਹ ਵਿਚਾਰੇ ਨਹੀਂ ਚਾਹੁੰਦੇ। ਕੈਨੇਡਾ 'ਚ ਬੜੇ ਲੋਕ ਨੇ ਜਿਹੜੇ ਤੁਹਾਨੂੰ ਸੱਚਮੁੱਚ ਹੈਲਪ ਕਰਨਾ ਚਾਹੁੰਦੇ ਨੇ, ਪਰ ਉਹਨਾਂ ਦੇ ਵੀ ਕੁਛ ਨਾ ਕੁਛ ਉਹਨਾਂ ਦੀਆਂ ਮਜਬੂਰੀਆਂ ਨੇ, ਅਤੇ ਉਹ ਮਜਬੂਰੀਆਂ ਤੁਹਾਨੂੰ ਸਮਝਣੀਆਂ ਪੈਂਦੀਆਂ ਨੇ। ਤੁਹਾਡੀ ਅਗਰ ਗਾਈਡੈਂਸ ਇੱਥੋਂ ਚੰਗੀ ਹੋਵੇ, ਅਤੇ ਤੁਹਾਡੀ ਜਿਹੜੀ ਸਕਸੈਸ ਹੈਗੀ ਕੈਨੇਡਾ ਦੇ ਵਿੱਚ ਬਹੁਤ ਵਧੀਆ ਹੋ ਜਾਂਦੀ ਹੈ। ਅਦਰਵਾਈਜ਼ ਤੁਹਾਡੇ ਬੱਚੇ ਬੜੇ ਡਿਸਟਰੈਕਟ ਹੋ ਜਾਂਦੇ ਨੇ, ਔਰ ਬਹੁਤ ਬੱਚੇ ਉੱਥੋਂ ਡਿਸਟਰੈਕਟ ਹੋ ਕੇ ਵਾਪਸ ਵੀ ਆਉਂਦੇ ਨੇ। ਔਰ ਮੈਂ ਇੱਕ ਗੱਲ ਹੋਰ ਬੜੀ ਦੱਸਾਂ ਇੱਥੇ, ਕਿ ਬਹੁਤ ਬੱਚੇ ਨੇ ਜਿਹਨਾਂ ਨੂੰ ਜਿਹੜੇ ਅੰਡਰ ਡੀਪ ਡਿਪਰੈਸ਼ਨ ਚਲੇ ਜਾਂਦੇ ਨੇ ਸਾਡੇ ਇੰਡੀਅਨ ਬੱਚੇ। ਮੇਰੇ ਕੋਲ ਬੱਚੇ ਨੇ ਜਿਹੜੇ ਹਫ਼ਤੇ 'ਚ ਭੱਜੇ ਆਉਂਦੇ ਨੇ ਵਾਪਸ, ਠੀਕ ਹੈ ਨਾ। ਮੈਂ ਜਾਣਦਾ, ਮੇਕ ਸ਼ੋਰ ਤੁਸੀਂ ਜਿਹੜਾ ਵੀ ਇੱਥੋਂ ਤੁਸੀਂ ਜਿਹੜਾ ਪਹਿਲਾ ਸਟੈਪ ਲੈਂਦੇ ਹੋ, ਉਹ ਸਟੈਪ ਤੁਹਾਡਾ ਬਹੁਤ ਸੋਲਿਡ ਹੋਵੇ। ਚਲੋ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਮੈਨੂੰ ਲੱਗਦਾ ਬਹੁਤ ਫਾਇਦਾ ਹੋਵੇਗਾ ਵਿਦਿਆਰਥੀਆਂ ਨੂੰ, ਸਾਰਿਆਂ ਨੂੰ ਇਹ ਵੀਡੀਓ ਸੁਣ ਕੇ। ਤੁਸੀਂ ਹੁਣ ਆ ਗਏ ਹੋ ਕੈਨੇਡਾ ਤੋਂ, ਇੱਥੇ ਤੁਸੀਂ ਕਿਹੜੇ ਕਿਹੜੇ ਦਿਨ ਹੁਣ ਵਿਦਿਆਰਥੀਆਂ ਨੂੰ ਕਿੱਥੇ ਕਿੱਥੇ ਮਿਲੋਗੇ? ਮੈਂ ਜੀ ਮੰਡੇ ਟੂ ਵੈਨਸਡੇ ਰੈਗੂਲਰਲੀ ਜਲੰਧਰ ਆਫਿਸ 'ਚ ਹੁੰਦਾ ਵਾਂ, ਸੈਟਰਡੇ ਨੂੰ ਵੀ ਜਲੰਧਰ ਆਫਿਸ 'ਚ ਹੁੰਦਾ ਵਾਂ, ਥਰਸਡੇ ਮੈਂ ਆਫਟਰਨੂਨ 'ਚ, ਔਰ ਫਰਾਈਡੇ ਨੂੰ ਪੂਰਾ ਦਿਨ 2 ਦਿਨ ਮੈਂ ਲੁਧਿਆਣੇ ਹੁੰਦਾ ਵਾਂ। ਲੁਧਿਆਣੇ ਸਾਡਾ ਆਫਿਸ ਕਿਪਸ ਮਾਰਕੀਟ ਸਰਾਭਾ ਨਗਰ ਦੇ ਵਿੱਚ, ਲੁਧਿਆਣੇ ਦਾ ਬੜਾ ਫੇਮਸ ਜਗ੍ਹਾ ਵਾ ਉੱਥੇ ਆ, ਔਰ ਜਲੰਧਰ 'ਚ ਪ੍ਰਾਈਮ ਟਾਵਰ ਬਿਲਡਿੰਗ ਹੈ, ਐਡਜੋਇਨਿੰਗ ਹੋਟਲ ਪ੍ਰੈਜ਼ੀਡੈਂਟ, ਕਲੋਜ਼ ਟੂ ਬੱਸ ਸਟੈਂਡ, ਉੱਥੇ ਆ ਸਾਡਾ ਆਫਿਸ। ਸਾਡੀ ਵੈਬਸਾਈਟ imcanimmigration.com, ਉੱਥੇ ਵੀ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ, ਸਾਡੇ ਐਡਰੈਸ ਵੀ ਚੈੱਕ ਕਰ ਸਕਦੇ। ਚਲੋ, ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।